ਵੀਰੇ ਮਤਲਬ ਹੱਥ ਤੇਰੇ ਮਕੈਨਿਕ ਵਾਲੇ, ਤੂੰ ਕਹਿੰਦਾ ਮੈਂ ਕਲੈਬ ਮੈਨ ਆ। ਮਾਸ਼ਾਅੱਲਾ ਇਸ ਵੇਲੇ ਤੁਹਾਡਾ ਆਪਣਾ, ਸੌਰੀ ਕਿਹਦੀ ਪਈ ਹੈ, ਮੈਂ ਪੀ ਲਾਂ ਇਹ ਚਾਹ। ਨਹੀਂ ਹੱਥ ਨਹੀਂ ਲਾਉਣਾ ਭਾਈ ਕੱਪ। ਹਾਂਜੀ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਅਲਬੇਲਾ ਟੀ ਵੀ। ਅੱਜ ਪਾਕਿਸਤਾਨ ਦੀ ਬੜੀ ਖੂਬਸੂਰਤ ਆਵਾਜ਼ ਸਾਡੇ ਕੋਲ ਹੈ, ਜਿਨ੍ਹਾਂ ਨੇ ਆਰਫਾਨਾ ਕਲਾਮ, ਸੂਫੀਆਨਾ ਕਲਾਮ, ਕਸੀਦੇ, ਧਮਾਲਾਂ ਪੂਰੀ ਦੁਨੀਆ ਦੇ ਵਿੱਚ ਲੋਕ ਉਹਨਾਂ ਦੇ ਸੁਣਦੇ ਨੇ, ਅਤੇ ਜਿੰਨੇ ਅੱਛੇ ਆਰਟਿਸਟ ਨੇ ਉਨੇ ਅੱਛੇ ਇਨਸਾਨ ਨੇ। ਆਬਦ ਮੇਰ ਅਲੀ, ਅਸਲਾਮ ਵਾਲੇਕੁਮ। ਵਾਲੇਕੁਮ ਬਿਸਮਿਲ੍ਲਾ ਜੀ। ਭਾਈ ਸਭ ਤੋਂ ਪਹਿਲੇ ਤਾਂ ਬਹੁਤ ਸ਼ੁਕਰੀਆ ਤੁਸੀਂ ਥੋੜ੍ਹਾ ਜਿਹਾ ਟਾਈਮ ਦਿੱਤਾ। ਵੈਸੇ ਨਾ ਅੱਜ ਕੱਲ੍ਹ ਮੈਂ ਇੰਟਰਵਿਊ ਕਰਦਾ ਨਹੀਂ, ਅੱਛਾ ਜੀ, ਲੇਕਿਨ ਅੱਜ ਮੈਂ ਫੈਸਲਾਬਾਦ ਆਇਆ ਸੀ। ਬੜਾ ਅੱਛਾ, ਅਤੇ ਸ਼ੁਕਰ ਇਹ ਅੱਲਾ ਦਾ ਸ਼ੁਕਰ ਤੁਸੀਂ ਘਰ ਹੀ ਮਿਲ ਗਏ। ਹਾਂਜੀ, ਅਤੇ ਮੈਂ ਕਿਹਾ ਚਲੋ ਬਿਜ਼ੀ ਫਨਕਾਰ ਹੋ ਤੁਸੀਂ, ਆਰਟਿਸਟ ਹੋ, ਅਤੇ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਸ਼ੁਕਰੀਆ ਜੀ ਤੁਹਾਡਾ, ਬੜਾ ਸ਼ੁਕਰੀਆ ਜੀ। ਅਤੇ ਅੱਜ ਕੱਲ੍ਹ ਕਿਸੇ ਨਵੇਂ ਪ੍ਰੋਜੈਕਟ 'ਤੇ ਕੰਮ ਕਰ ਰਹੇ ਹੋ ਤੁਸੀਂ? ਜੀ ਮਾਸ਼ਾਅੱਲਾ ਕਾਫੀ ਪ੍ਰੋਜੈਕਟ ਸ਼ੁਰੂ ਕੀਤੇ ਨੇ, ਮੇਰੇ ਕੁਛ ਪੈਂਡਿੰਗ ਪਏ ਨੇ ਚੀਜ਼ਾਂ, ਉਹ ਵੀ ਸ਼ੁਰੂ ਕੀਤੀਆਂ ਨੇ, ਅਤੇ ਕੁਛ ਨਵੇਂ ਵੀ ਕਰ ਰਹੇ ਹਾਂ। ਹੁਣ ਮੈਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਕਿੱਥੋਂ ਸਿੱਖਿਆ, ਕਿਉਂਕਿ ਇਹ ਤਾਂ ਤੁਹਾਡਾ ਮਤਲਬ ਘਰ ਦਾ ਹੀ ਕੰਮ ਹੈਗਾ ਕਿ ਬਜ਼ੁਰਗਾਂ ਦਾ, ਮੇਰ ਅਲੀ, ਸ਼ੇਰ ਅਲੀ, ਪ੍ਰਾਈਡ ਆਫ ਪਰਫਾਰਮਸ, ਬੇਸ਼ੱਕ ਤਮਗਾ ਇਮਤਿਆਜ਼, ਅਤੇ ਪਤਾ ਨਹੀਂ ਮਾਸ਼ਾਅੱਲਾ ਉਹਨਾਂ ਨੂੰ ਕੀ ਮਿਲਿਆ। ਅਸੀਂ, ਸਾਡੇ ਕੋਲ ਲਫ਼ਜ਼ ਨਹੀਂ ਹੈਗੇ। ਤੁਹਾਡੀ ਕੋਈ ਗੱਲ ਹੋਈ ਤੁਸੀਂ ਕਿਹਦੇ ਨਾਲ ਹੋ ਤੁਸੀਂ? ਹੈ ਭਾਈ, ਮੇਰਾ ਰੇਂਜ ਵੀ ਤੁਹਾਡੇ ਨਾਲ ਆਏ ਨੇ। ਹੈਂਜੀ, ਤੁਹਾਡੇ ਨਾਲ ਨਹੀਂ ਆਏ? ਨਹੀਂ ਨਹੀਂ ਨਹੀਂ, ਤੁਸੀਂ ਭਾਜੀ ਤੁਸੀਂ ਤਾਂ ਉਹ ਫਰਨੀਚਰ ਵਾਲੀ ਰੇਹੜੀ ਨਾਲ ਨਹੀਂ ਆਏ ਲਾ ਰਿਹਾ ਸੀ? ਨਹੀਂ ਸਰ, ਮੈਂ ਆਬਦ ਭਾਈ ਨੂੰ ਮਿਲਣਾ ਸੀ, ਉਹਨਾਂ ਦੇ ਨਾਲ ਕੰਮ ਸੀ ਮੇਰੇ। ਹੈਂਜੀ, ਆਬਦ ਸਾਹਿਬ ਨੂੰ ਮਿਲਣਾ ਸੀ। ਐਕਚੁਲੀ ਨਾ ਇਹਨਾਂ ਨੇ ਇੱਕ ਐਡ ਦਿੱਤੀ ਆ ਅਖਬਾਰ ਦੇ ਵਿੱਚ, ਇਹਨਾਂ ਨੇ। ਹਾਂਜੀ, ਅੱਛਾ ਜੀ। ਅਤੇ ਉਹ ਇੱਕ ਨਾ ਕਲੈਬ ਮੈਨ ਦੀ ਇਹਨਾਂ ਕੋਲ ਸੀਟ ਖਾਲੀ। ਮੈਨ? ਹਾਂਜੀ, ਵੈਕੈਂਸੀ ਪੜ੍ਹੀ ਹੋਣੀ ਤੁਸੀਂ? ਜੀ ਜੀ। ਅੱਛਾ ਅੱਛਾ ਅੱਛਾ, ਉਹ ਭਾਈ ਕਲੈਬ ਮੈਨ ਨਹੀਂ ਹੋਣਾ, ਕੋਈ ਹੋਰ ਚੀਜ਼ ਹੋਣੀ ਤੁਹਾਡੇ ਕੋਲ? ਉਹਨਾਂ ਨੂੰ ਕੀ ਜ਼ਰੂਰਤ ਆ ਅਖਬਾਰਾਂ 'ਚ ਇਸ਼ਤਿਹਾਰ ਦੇਣ ਦੀ? ਨਹੀਂ ਉਹ ਹੈ ਸੀ ਅਤੇ ਮੈਂ ਪੜ੍ਹ ਕੇ ਆਇਆ ਵਾ ਨਾ, ਅਤੇ। ਅੱਛਾ, ਤੁਸੀਂ ਪੜ੍ਹ ਵੀ ਲੈਂਦੇ ਹੋ? ਜ਼ਾਹਰੀ ਬਾਤ ਆ, ਮੈਂ ਪੜ੍ਹ ਕੇ ਆਇਆ ਵਾਂ ਵੀ ਵੈਕੈਂਸੀ ਖਾਲੀ ਆ। ਅੱਛਾ, ਅਤੇ ਉਹ ਮੈਂ ਸੋਚਿਆ ਕਿ ਮੇਰੇ ਤੋਂ ਤਾਂ ਜ਼ਿਆਦਾ ਸਕਿੱਲ ਇਸ ਹਵਾਲੇ ਨਾਲ ਕੋਈ ਨਹੀਂ ਹੈ, ਅਤੇ ਮੈਂ ਜਾ ਕੇ ਕੰਟਰੈਕਟ ਕਰਾਂ ਉਹਨਾਂ ਦੇ ਨਾਲ। ਕਾਹਦਾ ਕੰਟਰੈਕਟ ਕਰਨਾ? ਕੋਈ ਉਹਨਾਂ ਨੂੰ ਬਾਹਰ ਲੈ ਕੇ ਜਾਣਾ, ਕੋਈ ਈਵੈਂਟ ਕਰਾਉਣੇ, ਕੋਈ ਸ਼ੋਅ ਵਗੈਰਾ? ਨਹੀਂ ਨਹੀਂ, ਮੈਂ ਜੁਆਇਨ ਕਰਾਂਗਾ ਇਹਨਾਂ ਨਾਲ ਜਦੋਂ ਕੋਈ ਕੌਂਸਰਟ ਕਰਨ ਜਾਣਗੇ ਨਾ। ਹਾਂ, ਤੁਸੀਂ ਕੀ ਕਰਨ ਜਾਓਗੇ ਉੱਥੇ? ਮੈਂ ਫਿਰ ਇਹਨਾਂ ਨੂੰ ਜੁਆਇਨ ਕਰਾਂਗਾ ਜਿਸ ਤਰ੍ਹਾਂ ਵੀ ਇਹ ਮੈਨੂੰ ਆਪਣਾ ਜਾਣਗੇ ਕਲੈਬ ਐਜ਼ ਏ ਕਲੈਬ ਮੈਨ ਜੀ, ਜਿਹੜਾ ਉਹ ਫਿਰ ਮੈਂ ਸਾਰੀ ਬਾਤ। ਇੱਕ ਕਲੈਬ ਮੈਨ ਕੀ ਹੁੰਦਾ ਜੀ? ਵੈਸੇ ਤੁਸੀਂ ਕਿਸ ਕੌਮ ਨਾਲ ਤਾਲੁਕ ਰੱਖਦੇ ਹੋ? ਮੇਰਾ ਖਿਆਲ ਇੱਕ ਕਲੈਬ ਮੈਨ ਆ, ਕਲਾਈਲੈਂਡ ਤਾਂ ਹੁੰਦਾ ਜਿਹੜਾ ਕ੍ਰਿਕਟ ਖੇਡਦਾ ਸੀ, ਇਹ ਕਲੈਬ ਮੈਨ ਮੈਂ ਪਹਿਲੀ ਵਾਰੀ ਸੁਣ ਰਿਹਾ। ਨਹੀਂ, ਕਲੈਬ ਮੈਨ ਹੁੰਦੇ ਆ, ਤੁਸੀਂ ਦੇਖੇ ਹੋਣੇ ਆ ਪਿੱਛੇ, ਇਹਨਾਂ ਦੇ ਇੱਕ ਦੋ ਹੀ ਹੁੰਦੇ ਆ ਜਿਸ ਤਰ੍ਹਾਂ ਲਾਈਨ ਮੈਨ ਹੁੰਦੇ ਨੇ। ਆਹੋ, ਲਾਈਨ ਮੈਨ, ਬਿਲਕੁਲ ਬਿਲਕੁਲ। ਨਹੀਂ ਨਹੀਂ, ਲਾਈਨ ਮੈਨ ਤਾਂ ਬਿਜਲੀ 'ਚ ਹੁੰਦੇ ਆ, ਜਿਸ ਤਰ੍ਹਾਂ ਫੋਰਮੈਨ ਵੀ ਹੁੰਦੇ ਨੇ। ਫੋਰਮੈਨ ਵੀ ਹੁੰਦੇ? ਫੋਰਮੈਨ ਤਾਂ ਮਿੱਲਾਂ 'ਚ ਹੁੰਦੇ ਆ, ਮੈਂ ਇਹਨਾਂ ਦੀ ਗੱਲ। ਅੱਛਾ, ਤੁਹਾਨੂੰ ਕਿਹਨੇ ਦੱਸਿਆ? ਨਹੀਂ ਦੱਸਿਆ ਨਹੀਂ, ਮੈਂ ਉਹ ਇੱਕ ਦੋਸਤ ਹੈ ਵੇ ਮੇਰਾ, ਅਤੇ ਉਹ ਤੜ 'ਚ ਸ਼ਾਇਦ ਬਹਿੰਦਾ ਉੱਠਦਾ ਵੇ, ਉਹਨੇ ਮੈਨੂੰ ਕਿਹਾ ਸੀ ਵੀ ਯਾਰ ਉਹਨਾਂ ਨੂੰ ਨਾ। ਮੈਂ ਤੁਹਾਨੂੰ ਕਿਹਾ ਇਹਨਾਂ ਤੁਹਾਡੀਆਂ ਗੱਲਾਂ ਬਾਹਰ ਜਾ ਰਹੀਆਂ ਨੇ, ਉਹਨੇ ਦੱਸਿਆ। ਓਏ ਹੋਏ, ਤੁਹਾਨੂੰ ਕਿਹਨੇ ਕਿਹਾ ਤੁਸੀਂ ਕਲੈਬ ਮੈਨ ਹੋ? ਨਹੀਂ, ਮੈਂ ਗਾ ਵੀ ਲੈਂਦਾ ਵਾਂ, ਤੁਸੀਂ ਬੜਾ ਅੱਛਾ ਪੇ ਕੀਤਾ ਵਾ ਕਿ ਕਿਸ ਤਰ੍ਹਾਂ ਪਤਾ ਲੱਗਿਆ ਕਿ ਤੁਸੀਂ ਇਹ ਤਾਂ ਹੱਥ ਵੇਖ ਕੇ ਦੱਸਦੇ ਤੇ ਕਿ ਤੁਸੀਂ ਕਲੈਬ ਮੈਨ ਹੋ ਜਾਂ? ਇਹ ਚੀਜ਼ਾਂ ਜਿਹੜੀਆਂ ਵਾ ਨਾ, ਇਹ ਜੈਨੇਟਿਕਲੀ ਹੁੰਦੀਆਂ, ਨੈਚੁਰਲ ਹੁੰਦੀਆਂ। ਮੈਂ ਬਚਪਨ ਤੋਂ ਹੀ ਇੱਕ ਛੋਟਾ ਜਿਹਾ ਸੀ ਅਤੇ ਇੰਝ ਕਰਕੇ ਮੈਚ ਹੋ ਰਿਹਾ, ਮੈਂ ਇੰਝ ਕਰਕੇ ਨਾ ਕਲੈਬ ਕੀਤੀ। ਅੱਛਾ, ਅਤੇ ਉਹ ਮੈਂ ਦੇਖਿਆ ਵੀ ਕਲੈਬ ਤੋਂ ਬਾਅਦ ਮੇਰੇ ਅੱਗੇ ਕਿੰਨੇ ਪੈਸੇ ਗਏ ਕਲੈਬ ਤੋਂ ਬਾਅਦ। ਹਾਂ, ਅਲੱਗ। ਮੈਂ ਕਿਹਾ ਯਾਰ, ਹਾਲਾਂਕਿ ਉਹ ਮੈਂ ਕਿਹਾ ਬੈਟਸਮੈਨ ਨੇ ਸ਼ੋਟ 'ਤੇ ਉਹਨੇ ਬੜਾ ਅੱਛਾ ਮਾਰਿਆ ਫਰੰਟ ਫੁੱਟ 'ਤੇ ਇੰਝ ਜਾ ਕੇ ਨਾ, ਹਾਂਜੀ, ਅਤੇ ਉਹਨੇ ਸਟਰੇਟ 'ਤੇ ਚੌਕਾ ਮਾਰਿਆ। ਜੀ ਜੀ ਜੀ, ਪੈਸੇ ਮੇਰੇ ਅੱਗੇ ਕਿੱਦਾਂ ਆ ਗਏ? ਉਹ ਹਵਾ ਉੱਧਰ ਦੀ ਹੋਣੀ ਨਾ ਤੇਰੇ ਨਾਲ? ਨਹੀਂ ਨਹੀਂ, ਅਕਸਰ ਹੁੰਦੀ ਆ ਨਾ, ਕਈ ਵਾਰੀ ਤੁਸੀਂ ਮਤਲਬ ਕਸੀਦਾ ਧਮਾਲ ਪੜ੍ਹ ਰਹੇ ਹੁੰਦੇ ਲੇਕਿਨ ਹਵਾ ਤੁਹਾਡੇ ਖਿਲਾਫ ਚੱਲੀ ਹੁੰਦੀ, ਚੱਲੀ ਹੁੰਦੀ, ਉਹ ਸਾਰੀ ਪਬਲਿਕ ਵੱਲ ਜਾ ਰਹੇ ਹੁੰਦੇ, ਪੈਸੇ ਗੋਗੇ ਵੱਲ ਜਾ ਰਹੇ ਹੁੰਦੇ। ਤੋ ਮੈਂ ਦੇਖਿਆ ਵੀ ਯਾਰ ਇਹ ਕੀ ਅੱਲਾ ਪਾਕ ਦਾ ਕਰਮ, ਲੇਕਿਨ ਕੀ ਸੀ ਇਹ ਅੱਲਾ ਜਦੋਂ ਦਿੰਦਾ ਫਿਰ। ਹਾਂਜੀ, ਮੇਰੀ ਸਕਿੱਲ ਸੀ ਉਹ, ਮੈਂ ਜਿਹੜੀ ਕਲੈਬ ਕੀਤੀ ਨਾ, ਵਾਹ ਵਾਹ, ਉਹ ਆਡੀਅੰਸ ਨੂੰ ਬੜੀ ਪਸੰਦ ਆਈ,
उस हवाले नाल मैं रिजेक्ट होने वास्ते तो आया कोई नहीं शोर के तुम मैनू रखोगे इस जॉब वास्ते देख लो ये इतने तो उस्ताद कराना है इतने खिदमत बड़ी करनी पैंदी है पहले इतने दो चार साल ला पहले मैं दो चार सौ देन ना तो फिर मैं दो चार सौ भी असी दईए तो सीखना भी तुसी आप है नहीं नहीं ये जड़ा फैज हुंदा वा ना किसी हवाले ना भी जरूरी नहीं फैज अहमद फैज रूहानी तौर पर कन्वर्ट करना वा पैसे बेस से भी फैज दे सकते हो किसी ने तो वैसे ही सदका खराब दे देने वैसे ही ताड़ी मदद कर दिया करेंगे तो ताड़ी कोई लोड नहीं वो चीज़ा आंदियां जारी बात है ताड़े होर भी शागिर्द होणगे जिहड़ी ताड़ी खिदमत करदे होण मेरी कि जरूरी है कि मैं ही करनी है वह करी जाण वीरे मतलब हाथ तेरे मकैनिक वाले तू कहना मैं क्लैब मैन हाँ इन्हां हाथां च ना प्लास अच्छा लगता है ये कोई चाबी रेंच अच्छा लगता वह फड़िया कर तू एवं क्लैब मैन कि ਜਿਹੜਾ ਰਿਦਮ ਰਿਦਮ ਨੂੰ ਮੈਂ ਅਲਹਮਦੁਲਿਲਾ ਸਮਝਦਾ ਹਾਂ ਅਸੀਂ ਵੀ ਤੈਨੂੰ ਸਮਝਦੇ ਹਾਂ ਜੋ ਤੂੰ ਅੰਦਰ ਆਇਆ ਮੈਂ ਸਮਝ ਗਿਆ ਸੀ ਇਹ ਕਿਸੇ ਗੱਲ ਨਾਲ ਆਇਆ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਲੈ ਇੱਥੇ ਆਏ ਮੈਂ ਕੁਛ ਵੀ ਨਹੀਂ ਸਮਝ ਰਿਹਾ ਤੈਨੂੰ ਨਵੀਂ ਨਹੀਂ ਕੁਛ ਸਮਝ ਰਿਹਾ ਆਪਣੇ ਆਪ ਨੂੰ ਰਿਦਮ ਨੂੰ ਕਿਸ ਤਰ੍ਹਾਂ ਸਮਝ ਰਿਹਾ ਜੀ ਗੱਲ ਇਹ ਆ ਕਿ ਜਿਹੜਾ ਬੱਚਾ ਫਰਜ਼ ਕਰੋ ਤੁਹਾਨੂੰ ਅੱਲਾ ਨੇ ਸਕੇਲ ਦਿੱਤੀ ਆ ਤੁਸੀਂ ਇਹ ਚੀਜ਼ਾਂ ਨੂੰ ਅੱਗੇ ਕਨਵਰਟ ਕਰਨਾ ਵਾ ਯਾਰ ਤੋਰਨਾ ਵਾ ਤਾਂ ਕਿ ਅਸੀਂ ਕਰਦੇ ਹਾਂ ਕਨਵਰਟ ਅੱਗੇ ਮਾਸ਼ਾਅੱਲਾ ਬੜੇ ਬੜੇ ਸਟੂਡੈਂਟ ਨੇ ਬੜਾ ਸਿੱਖਦੇ ਨੇ ਲੋਕ ਉਹ ਸਾਰੀਆਂ ਚੀਜ਼ਾਂ ਬਾਹਰ ਪਈਆਂ ਨੇ ਉਹ ਥੋੜ੍ਹੀਆਂ ਥੋੜ੍ਹੀਆਂ ਅੱਗੇ ਕਰ ਸਾਰੇ ਇਹਨਾਂ ਨੂੰ ਦਫਾ ਕਰੋ ਤੁਸੀਂ ਮੈਨੂੰ ਆਪਣਾ ਦੱਸੋ ਕਿ ਮਾਸ਼ਾਅੱਲਾ ਇਸ ਵੇਲੇ ਤੁਹਾਡਾ ਆਪਣਾ ਸੌਰੀ ਕਿਹਦੀ ਪਈ ਹੈ ਮੈਂ ਪੀ ਲਾਂ ਇਹ ਚਾਹ ਨਹੀਂ ਹੱਥ ਨਹੀਂ ਲਾਉਣਾ ਭਾਈ ਕੱਪ ਚਾਹ ਦਿਆਂਗੇ ਆਉਂਦੇ ਹੀ ਚਾਹ ਪੀਣ ਲੱਗ ਪਿਆ दो बच्चे खुशहाल घराना चाहे मैं साजी ले लां नहीं अजे नहीं अजे नहीं अजे देख चाह पी दी किस तरह तक ठंडी हो जानी जिनी देर देखा मैं तू पिछो देख ला तू पिछो ही गर्म आया भी चाह ठंडी हो जाएगी नहीं ਸ਼ਗਿਰਦੀ ਤੋਂ ਹਟ ਕੇ ਵੀ ਤਰੀਕਾ ਤਾਂ ਇਹੀ ਹੁੰਦਾ ਵਾ ਸ਼ਗਿਰਦ ਕਰਨ ਦਾ ਕੋਈ ਤਰੀਕਾ ਹੁੰਦਾ ਵੀ ਬੰਦਾ ਆਉਂਦਾ ਵਾ ਨਾ ਮੇਰੇ ਅੱਗੇ ਨਿਮਕੋ ਨਾ ਕੋਈ ਮਰਾਦ ਬਿਸਕਿਟ ਨਾ ਕੋਈ ਕੋਈ ਚੀਜ਼ ਤਾਂ ਰੱਖੋ ਵੀ ਮੈਂ ਸ਼ਗਿਰਦ ਧੋਣਾ ਆ ਇਹਦੇ ਅੱਗੇ ਜੀ ਇਹਦੇ ਅੱਗੇ ਕੱਪੜੇ ਧੋਣ ਵਾਲੇ ਰੱਖ ਦਿਓ ਹੈਰਾਨੀ ਵਾਲੀ ਗੱਲ ਵਾਸ਼ਿੰਗ ਮਸ਼ੀਨ ਰੱਖ ਦਿਓ ਜੁੱਤੀਆਂ ਪਾਲਿਸ਼ ਕਰਨ ਵਾਲੀਆਂ ਰੱਖ ਦਿਓ ਉਹ ਤੂੰ ਕਰੇਗਾ ਤਾਂ ਫਿਰ ਅਗਲੇ ਕਹਿਣਗੇ ਬੜਾ ਕਾਬਲ ਸ਼ਗਿਰਦ ਹੈ ਸਾਜੀ ਮੈਂ ਡਿੱਸਾ ਹਾੜਾ ਵਾ ਸਭ ਹੋਇਆ ਵਾ ਤੁਹਾਨੂੰ ਕੋਈ ਤਰੀਕਾ ਨਹੀਂ ਸ਼ਗਿਰਦ ਰੱਖਣ ਦਾ ਵੀ ਕਿਸ ਤਰ੍ਹਾਂ ਅਗਲੇ ਨੂੰ ਅਬਲਾਈਜ ਕਰੀਦਾ ਵਾ ਕਿਸ ਤਰ੍ਹਾਂ ਉਹਨਾਂ ਨੂੰ ਬਿਠਾਈਦਾ ਵਾ ਵੀ ਆ ਮੁੰਡੇ ਸਾਰੇ ਵਿਹਲੇ ਖਲੋਤੇ ਇਹਨਾਂ ਨੂੰ ਤੁਸੀਂ ਕਹੋ ਵੀ ਚੀਜ਼ਾਂ ਮੰਗਾਉਣ ਅਤੇ ਰੱਖਣ ਅੱਗੇ ਉਹ ਲਿਆਓ ਜੀ ਚੀਜ਼ਾਂ ਸਾਰੀਆਂ ਉਹ ਡਾਂਗਾ ਡੂੰਗਾ ਲਿਆਓ ਅੰਦਰੋਂ ਹੈਲੋ ਇੱਥੇ ਚਲੋ ਮੈਂ ਭਾਈ ਇੱਕ ਮਿੰਟ ਐਕਸਕਿਊਜ਼ ਮੀ ਮੈਂ ਨਹੀਂ ਨਹੀਂ ਉਹ ਹਜੇ ਸ਼ਗਿਰਦੀ ਦਾ ਟਾਈਮ ਨਹੀਂ ਹੈਗਾ ਕਿਹੜਾ ਅਸਰ ਤੋਂ ਬਾਅਦ ਕਰਨਾ गायकी वास्ते मतलब रियाज का किन्ना क अमल दखल है मंजी होटल भी जावे ना तेन थले ही पाउंदे हजारा होटल ते तू दो सौ वाले होटल ते ब्याह कर तू हजारा होटल ते बहन दे गल मैं कर रहा सीगा ये रियाजत की किन्नी क मतलब अहमियत होंदी है गायकी दे विच रियाजत दी बड़ी अहमियत है जी साडे ओ ठहर जा रियाजत दे विच मैक्सिमम जड़ा वा तुसी 16 घंटे रियाजत जड़ी है ना बहुत जरूरी है हुन तैनू किन्ने घंटे हो गए इत्थे आए मैनूं ते अजे 15 मिंट होए ते तू आराम कर फिर मैं उन्हां नूं पुछ लवां ਸੁਣੀ ਦੀਆਂ ਹੁੰਦੀਆਂ ਉਸਤਾਦਾਂ ਦੀਆਂ ਗੱਲਾਂ ਕੱਲ ਨੂੰ ਤੇਰੇ ਕੰਮ ਆਉਣਗੀਆਂ ਯਾਰ ਬੋਲਾਂ ਮੈਂ ਸੁਣੀ ਜਾਵਾਂ ਉਹਨਾਂ ਦੀਆਂ ਤੇ ਮੈਨੂੰ ਸਮਝ ਕੋਈ ਨਾ ਤੁਸੀਂ ਰਿਆਜ਼ ਕੀਤਾ ਇਸ ਕੰਮ ਦੇ ਵਿੱਚ ਜੀ ਅਲਹਮਦੁਲਿਲਾ 20-25-30 ਸਾਲ ਹੋ ਗਏ ਨੇ ਮੈਨੂੰ ਇਸ ਫੀਲਡ ਦੇ ਵਿੱਚ ਬਜ਼ੁਰਗ ਜ਼ਬਰਦਸਤੀ ਕਰਾਉਂਦੇ ਸੀ ਜਾਂ ਤੁਸੀਂ ਆਪ ਹੀ ਮਤਲਬ ਜ਼ਬਰਦਸਤੀ ਵੀ ਕਰਵਾਉਂਦੇ ਸਨ ਆਪ ਵੀ ਕਰਦੇ ਸੀ ਸ਼ੌਕ ਜੋ ਸੀ ਆਖਰ ਇਹ ਸਾਡਾ ਖਾਨਦਾਨੀ ਕੰਮ ਹੈ ਬਿਲਕੁਲ ਜੀ ਅਤੇ ਹੁਣ ਮਾਸ਼ਾਅੱਲਾ ਪਾਕਿਸਤਾਨ ਦੇ ਇੱਕ ਤੁਸੀਂ ਸੈਲੈਬ੍ਰਿਟੀ ਹੋ ਤੁਹਾਡਾ ਇੱਕ ਨਾਂ ਹੈ ਔਰ ਤੁਹਾਡੇ ਗਾਏ ਹੋਏ ਕਸੀਦੇ ਧਮਾਲਾਂ ਚੜ੍ਹਦੇ ਪੰਜਾਬ 'ਚ ਹਾਂਜੀ ਬੜੇ ਮੁੰਡੇ ਗਾ ਰਹੇ ਨੇ ਮਾਸਟਰ ਸਲੀਮ ਹੈ ਹਾਂਜੀ ਕਾਫੀ ਇੱਕ ਕੰਵਲ ਹੈ ਹੋਰ ਵੀ ਕਾਫੀ ਨੇ ਮਾਸ਼ਾਅੱਲਾ ਬਲਕਿ ਉਹ ਮੈਂ ਬਹੁਤ ਦੁਨੀਆ 'ਤੇ ਮੈਂ ਰਾਤ ਖੁਦ ਮੈਂ ਇੰਸਪਾਇਰ ਹਾਂ ਇਹਨਾਂ ਤੋਂ ਅਤੇ ਮੈਂ ਆਇਆ ਵਾਂ
जिस तरह घर दे विच माशाल्लाह हर चीज मौजूद ओवन है अपने घर ओवन ठीक है तुसी लाश चाह दा गेड़ा कढ़ाओ इक चाह ठंडी नहीं है किसी बच्चे नूं भेजो चाहे ना एक बारी बहुत ओवन बच्चा भी 1 मिनट ते ला के ना इन गेड़ा कढ़ा इनू इथों ही कढ़ लैंज करके ना गेड़ा कढ़ के ते पी ला मुंह ता नहीं लाया चाह नूं ਚਾਹ ਇਹਨੂੰ ਮੂੰਹ ਨਹੀਂ ਲਾਉਂਦੀ ਗੇੜਾ ਕਢਾ ਦਿੰਦੇ ਮੂੰਹ ਤਾਂ ਨਹੀਂ ਲਾਇਆ ਸਾਰੀ ਬਾਤ ਆ ਮੂੰਹ ਨਾਲ ਪੀਣੀ ਪੈਂਦੀ ਜਦੋਂ ਯਾਰ ਭਾਜੀ ਕੈਸੇ ਲੋਕ ਬੈਠੇ ਨੇ ਭਾਈ ਨੂੰ ਨਾ ਬਾਹਰੋਂ ਗੇੜਾ ਕਢਾਇਆ ਬਾਹਰੋਂ ਨਹੀਂ ਮੈਂ ਬਲਕਿ ਇਹਨੂੰ ਬਾਹਰੋਂ ਗੇੜਾ ਕਢਾ ਕੇ ਨਾ ਕੁੰਡੀ ਲਾ ਦਿੱਤਾ ਬਾਹਰ ਬਾਹਰ ਗੇੜਾ ਕਢਾਇਆ ਨੂੰ ਤੇ ਇਹ ਜਿਹੜੀ ਜਿੰਨੀਆਂ ਵੀ ਟਿਊਨਾਂ ਹੁੰਦੀਆਂ ਨੇ ਜਿਹੜੀ ਤੁਸੀਂ ਬਣਾਉਂਦੇ ਤਰਜ਼ਾਂ ਇਹ ਖੁਦ ਆਪਣਾ ਤੁਸੀਂ ਖੁਦ ਬਣਾਉਂਦੇ ਜੀ ਮਾਸ਼ਾਅੱਲਾ ਮਾਸ਼ਾਅੱਲਾ ਤੇ ਹੁਣ ਕੁਝ ਸਾਨੂੰ ਸੁਣਾ ਦਿਓਗੇ ਥੋੜ੍ਹਾ ਜਿਹਾ ਜੀ ਬਿਸਮਿਲਲਾ ਬਿਸਮਿਲਲਾ ਜੀ ਕੋਈ ਕਸੀਦਾ ਸੁਣਾਈਏ ਤੁਹਾਨੂੰ ਹਾਂ ਕੁਛ ਵੀ ਕਲਾਮ ਬਿਸਮਿਲਲਾ ਔਰ ਜਨਾਬੇ ਹੁਰ ਨਾਲ ਮੌਲਾ ਦੀ ਗੁਫ਼ਤਗੂ ਹੈ ਵਾਹ ਵਾਹ ਮੈਂ ਹੁਸੈਨ ਹੂੰ ਮੈਂ ਹੁਸੈਨ ਹੂੰ ਮੈਂ ਹੁਸੈਨ ਹੂੰ ਮੈਂ ਹੁਸੈਨ ਹੁਰ ਹੱਕ ਬਤਾ जनाबे होर मौला नू कहंदे ने कि यजीद दी बैत कर लो ते मौला फरमांदे ने होर हक बता यजीद है या मैं हुसैन हूँ मैं हुसैन तू याद रख इमाम तेरा मैं हुसैन मैं हुसैन मैं वो नहीं जो गर्दश हालात में रहे जाकर कहो यजीद से औकात में रहे जाकर कहो यजीद से औकात में रहे ना तख्त तो ताज हाँ मुझको देखा मैं हुसैन ਬਹੁਤ ਅੱਛੇ ਕਿਆ ਬਾਤ ਹੈ ਜੀ ਵਾਕੀ ਇਸ ਹਵਾਲੇ ਤੋਂ ਮੈਂ ਇੰਸਪਾਇਰ ਹੋ ਕੇ ਤੇ ਤੁਸੀਂ ਕੋਈ ਪੈਸਾ ਵੀ ਦੇਈਦਾ ਵਾ ਜਦੋਂ ਕਸੀਦਾ ਕਸੂਦਾ ਸੁਣੀਏ ਕਿ ਮੇਰਾ ਮੇਰੇ ਭਾਈ ਨੇ ਮੈਂ ਹੋ ਸਕਦਾ ਉਹਨਾਂ ਕੋਲ ਲੈ ਕੇ ਜਾਣੇ ਹੁਣ ਤੇਰੇ ਸਾਰੇ ਮੁਲਕ ਦੇ ਸਿੰਗਰ ਭਾਈ ਅਲਹਮਦੁਲਿਲਾ ਕਿਸੇ ਨੂੰ ਵੀ ਨਹੀਂ ਦਿੰਦਾ ਅੱਛਾ ਬੜੀ ਜਗ੍ਹਾ ਦੇ ਉੱਤੇ ਤੁਸੀਂ ਪਰਫਾਰਮ ਕੀਤਾ ਮੁਲਕੋਂ ਬਾਹਰ ਵੀ ਜੀ ਮੁਲਕੋਂ ਬਾਹਰ ਵੀ ਜਦੋਂ ਬਜ਼ੁਰਗਾਂ ਨਾਲ ਜਾਂਦੇ ਸੀ ਜਾਂ ਬਜ਼ੁਰਗਾਂ ਨਾਲ ਸੋਲੋ ਵੀ ਪ੍ਰੋਗਰਾਮ ਕਰਦੇ ਗਏ ਆਪਣਾ ਗਰੁੱਪ ਨਾਲ ਵੀ ਬੜਾ ਗਏ ਆ ਅੱਛਾ ਜੀ ਬਜ਼ੁਰਗਾਂ ਨਾਲ ਵੀ ਬੜਾ ਗਏ ਇੰਡੀਆ ਚੜ੍ਹਦੇ ਪੰਜਾਬ 'ਚ ਵੀ ਤੁਸੀਂ ਪਰਫਾਰਮ ਕੀਤਾ ਇੰਡੀਆ ਗਏ ਇਹ ਕੁਆਲੀ ਦਾ ਟ੍ਰੈਂਡ ਬਹੁਤ ਜ਼ਿਆਦਾ ਸੀ ਨਾ ਹਾਂਜੀ ਹਾਂਜੀ ਜਦੋਂ ਪਾਰਟੀਸ਼ਨ ਤੋਂ ਬਾਅਦ ਜਦੋਂ ਇੱਧਰ ਆਏ ਨਾ ਇੱਧਰ ਲਹਿੰਦੇ ਪੰਜਾਬ 'ਚ ਜਦੋਂ ਆਏ ਹਾਂ ਉਦੋਂ ਪਤਾ ਲੱਗਾ ਕਿ ਇੱਧਰ ਕੁਆਲੀ ਦਾ ਟ੍ਰੈਂਡ ਬੜਾ ਹੈ ਸਾਡੇ ਬਜ਼ੁਰਗਾਂ ਨੇ ਫਿਰ ਕੁਆਲੀ ਦੀ ਸਾਡੀ ਕੁਆਲੀ ਵੀ ਇੱਕ ਤਬਲੀਗ ਹੈ ਤਬਲੀਗ ਹੈ ਉਹ ਫਿਰ ਕੁਆਲੀ ਕੀਤੀ ਅੱਲਾਹ ਪਾਕ ਨੇ ਬੜਾ ਕਰਮ ਕੀਤਾ ਮੌਲਾ ਨੇ ਬੜਾ ਕਰਮ ਕੀਤਾ ਉਹਨਾਂ ਦਾ ਫਿਰ ਮਾਸ਼ਾਅੱਲਾ ਨਾਮ ਹੋਇਆ ਦੁਨੀਆ 'ਤੇ ਫਿਰ ਅਸੀਂ ਫਿਰ ਸਨ 80 ਦੇ ਵਿੱਚ ਅਸੀਂ ਫੈਸਲਾਬਾਦ ਆਏ ਵਾਹ 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 ਹਾਂਜੀ ਤੇ ਤੁਸੀਂ ਉਦੋਂ ਛੋਟੇ ਜਿਹਾ ਸੀ ਹਾਂਜੀ ਮੈਂ ਉਦੋਂ ਛੋਟਾ ਜਿਹਾ ਸੀ ਮਾਸ਼ਾਅੱਲਾ 80 'ਚ ਤੁਸੀਂ ਫੈਸਲਾਬਾਦ ਵਾਪਸ ਤੇ ਤੁਸੀਂ 20 'ਚ ਇੱਥੇ ਆ ਗਏ ਉਹ 80 'ਚ ਆਏ ਤੇ ਨਹੀਂ ਵਾਪਸ ਆਇਆ ਜਿਹੜਾ ਬਿਸਕੁਟ ਲੈਣ ਗਿਆ ਉਹ ਤੈਨੂੰ ਕਿਹਨੇ ਗਿਆ ਬਿਸਕੁਟ ਉਹ ਤੇਰੇ ਲਈ ਪੈਟਰੋਲ ਲੈਣ ਗਿਆ ਤੈਨੂੰ ਪਾ ਕੇ ਆ ਗਿਆ ਤੁਹਾਨੂੰ ਪਤਾ ਹੀ ਨਹੀਂ ਉਹਨੇ ਆਉਣਾ ਹੀ ਨਹੀਂ ਸੀ
ਜਾਣ ਜਾਣ ਦੇ ਉਹਨੂੰ ਪੈਸੇ ਦਿੱਤੇ ਸੀ। ਤੁਸੀਂ ਥੋੜ੍ਹਾ ਉੱਚੀ ਬੋਲੋ ਸਰ ਜੀ, ਤੁਹਾਡਾ ਆਵਾਜ਼ ਨਾ ਬੜਾ ਬੈਠਵਾਂ ਜਿਹਾ ਹੋਇਆ ਇਸ ਟਾਈਮ। ਮੇਰਾ ਖਿਆਲ ਤੁਸੀਂ ਪੈਦਲ ਆਏ ਹੋਗੇ, ਤਾਂ ਤੁਹਾਡੀ ਮੰਨਤ ਸੀ? ਨਹੀਂ ਨਹੀਂ ਪੈਦਲ ਨਹੀਂ, ਉਹ ਛੋਟਾ ਜਿਹਾ ਕੰਸਰਟ ਸੀ ਘਰ ਦੇ ਵਿੱਚ ਹੀ, ਉਹ ਮੈਂ ਕਰਕੇ ਆਇਆ ਸੀ, ਇਸ ਕਰਕੇ ਗੱਲ। ਵਨ ਮੈਨ ਸ਼ੋ ਕਰਦੇ ਹੋ? ਨਹੀਂ ਨਹੀਂ। ਅੱਛਾ ਤੁਸੀਂ ਗਾ ਵੀ ਲੈਂਦੇ ਹੋ? ਜੀ ਜੀ। ਨਹੀਂ ਅੱਛਾ, ਮਾਸ਼ਾਅੱਲਾ, ਲੱਗਦਾ ਨਹੀਂ। ਨਹੀਂ ਆਖਰ ਤੁਹਾਨੂੰ ਸ਼ੌਕ ਹੈ ਨਾ, ਤੁਹਾਡੇ ਅੰਦਰ ਟੈਲੈਂਟ ਤਾਂ ਹੋਏਗਾ। ਨਹੀਂ ਮੈਂ ਕਲੈਪ ਜ਼ਿਆਦਾ ਮੇਰੇ 'ਚ ਖਾਲੀ, ਇਹਨਾਂ ਸਾਇਲੈਂਟ ਕਲੈਪ, ਇਹ ਇੰਜ ਵੀ ਕਲੈਪ ਕਰ ਲੈਂਦੇ ਅਤੇ ਇੰਜ ਵੀ ਕਰ ਲੈਂਦੇ। ਅੱਛਾ ਅੱਛਾ, ਹਾਂਜੀ ਦੋਨੋਂ ਕਲੈਪਾਂ ਡਬਲ ਸੇਮ ਮਾਈਨਸ। ਅੱਛਾ ਤੁਸੀਂ ਵੀ ਦੱਸੋ ਨਾ ਕੁਛ। ਨਹੀਂ ਇਹ ਡਬਲ ਸੇਮ ਦਾ ਨਹੀਂ ਹੁੰਦਾ, ਕਲੈਪ ਤੋਂ ਇਹ ਹੁੰਦਾ ਵਾ ਕਿ ਤੁਸੀਂ ਮੌਕੇ ਦੀ ਮੁਨਾਸਬਤ ਨਾਲ ਕੌਂਸਰਟ ਕਿਸ ਤਰ੍ਹਾਂ ਦਾ ਮੀਨਸ, ਅਗਰ ਮੈਚ ਵਾ ਤਾਂ ਉਹਦੇ ਵਾਸਤੇ ਹੋਰ ਖੁੱਲ੍ਹੀ ਕਲੈਪ, ਖੁੱਲ੍ਹੀ ਕਲੈਪ ਜ਼ਿਆਦਾ ਜਗ੍ਹਾ ਕਰਨੀ ਆ, ਜਾਂ ਇੱਕ 11 ਬੰਦਿਆਂ ਦਾ ਮੈਚ ਵਾ ਅਤੇ ਉਹਦੇ ਵਾਸਤੇ ਹੋਰ ਕਲੈਪ ਆ, ਕੁਆਲੀ ਵਾਸਤੇ ਸਾਰੀ ਬਾਤ ਆ, ਉਹਦੇ ਵਾਸਤੇ ਹੋਰ ਕਲੈਪ ਆ। ਤੂੰ ਮੇਰਾ ਭਰਾ ਨਾ, ਜਲਸੇ ਜਲੂਸ 'ਚ ਫਿਰ ਉਹ ਕਲੈਪ ਹੋਰ ਕਲੈਪ, ਜਲਸੇ ਦੀ ਖੁਸ਼ੀ ਵਾਲੀ ਕਲੈਪ ਹੁੰਦੀ ਹੋਰ, ਉਹ ਕਿਸ ਤਰ੍ਹਾਂ ਬਿਰਿਆਨੀ ਅਗਲੇ ਵੱਲ ਸੁੱਟਦਾ ਕੋਈ, ਉਹ ਕਿਸ ਸੁੱਟਦਾ ਵਾ ਬੰਦਾ, ਉਹ ਕਿਸ ਤਰ੍ਹਾਂ ਕਲੈਪ ਹੈ ਅਤੇ ਉਹ ਫਿਰ ਬੰਦਾ ਇੱਕਦਮ ਮਰਾ ਤੋਂ ਹੋਰ ਕਲੈਪ ਆ, ਉਹ 'ਚ ਸੁਰ ਦਾ ਨਹੀਂ ਕੋਈ ਤਲਕ ਹੁੰਦਾ, ਉਹ ਜੂਸ ਦਾ ਤਲਕ। ਸੁਰ ਵਾਲੀ ਕਲੈਪ ਕਿਸ ਤਰ੍ਹਾਂ ਹੈ? ਹੈਨੀ ਸੁਰ ਵਾਲੀ ਕਿਸ ਤਰ੍ਹਾਂ ਕਲੈਪ ਕਹਿ ਰਹੇ ਹੋ? ਸੁਰ ਵਾਲੀ ਇਹ ਦੇਖੋ, ਇਹ ਇਹ ਬਹੁਤ ਬੇਟੇ, ਇਹ ਪੂੜੀਆਂ ਕੱਢਣ ਵਾਲੀ, ਪੂੜੀਆਂ ਕੱਢਣ ਵਾਲੀ ਕਲੈਪ ਹੈ, ਇਹ ਨਾਸ਼ਤੇ ਵਾਲੀ ਕਲੈਪ। ਨਹੀਂ ਨਹੀਂ ਨਹੀਂ, ਨਾਸ਼ਤੇ ਨਾਸ਼ਤਾ ਕਲੈਪ। ਤੁਸੀਂ ਸਾਹ ਜੀ ਪਤਾ ਕੀ ਆ, ਡਿਫੈਕਟ ਤੁਸੀਂ ਇਸ ਲਈ ਕਰ ਰਹੇ ਹੋ ਕਿ ਤੁਸੀਂ ਮੈਨੂੰ ਲੱਗ ਰਿਹਾ ਕਿ ਮੈਨੂੰ ਇਸ ਪਾਸੇ ਤੁਸੀਂ ਆਉਣ ਨਹੀਂ ਦੇਣਾ। ਬਿਸਮਿਲ੍ਲਾ, ਅਸੀਂ ਤਾਂ ਹਾਜ਼ਰ ਹੈ, ਅਸੀਂ ਤਾਂ ਆਉਂਦੇ। ਮੇਰਾ ਰਾਮਾ ਖੋਲੋ ਨਾ, ਜਿਹੜਾ ਟੈਲੈਂਟ ਆਉਂਦਾ ਵਾ ਖੋਲੋ ਜੀ, ਖੋਲੋ ਖੋਲੋ ਰਾਮਾ ਕਾਰਨ ਬਾਹਰ। ਨਹੀਂ ਟੈਲੈਂਟ ਤੁਹਾਡੇ 'ਚ ਨਜ਼ਰ ਆ ਰਿਹਾ, ਇਨਸ਼ਾਅੱਲਾ ਤੁਹਾਨੂੰ। ਇਹਨਾਂ ਟਾਈਮ ਦੇ ਦਿਓ, ਉੱਦਣ ਆ ਜਾਂਦੇ, ਕੋਈ ਟਾਈਮ ਐਸਾ ਦੇ ਦਿਓ। ਬਿਸਮਿਲ੍ਲਾ, ਜਦੋਂ ਮਰਜ਼ੀ ਆ ਜਾਣ, ਇਹਨਾਂ ਦਾ ਘਰ ਅਗਰ ਇਹ ਐਤਵਾਰ ਵਾਲੇ ਦਿਨ ਉੱਥੇ ਨਹਿਰ 'ਤੇ ਆ ਜਾਣ, ਨਹਿਰ 'ਤੇ ਆ ਜਾਣ, ਆਹੋ ਕੀ ਗੱਲ, ਉੱਥੇ ਆਓ ਨਾ, ਉੱਥੇ ਕਲੈਪ ਦਾ ਪਤਾ ਲੱਗੇਗਾ, ਜੇ ਤੂੰ ਛਾਲ ਮਾਰਨੀ ਲੋਕ ਕਲੈਪ ਕਰਨਗੇ। ਮੁੜ ਕੇ ਕਲੈਪ ਹੋਵੇ ਨਾ, ਪਾਣੀ ਨਾ ਕਲੈਪ ਹੋਵੇ ਨਾ, ਤੁਸੀਂ ਜੇ ਨਾ ਆਇਆ ਉੱਪਰ ਤਾਂ ਸਲੈਬ ਤਾਂ ਚੁੱਕਾਂਗੇ ਨਾ, ਸਲੈਬ ਸਲੈਬ ਚੁੱਕ ਲਿਆ, ਸਲੈਬ ਕਲੈਪ ਤੋਂ ਬਾਅਦ ਸਲੈਬ। ਵੈਸੇ ਮੈਂ ਡਿਸਹਾਰਡ ਹੋ ਰਿਹਾ ਵਾਂ, ਦੇਖੋ ਜੀ, ਇੱਕ ਤਾਂ ਤੁਸੀਂ ਸਾਡੇ ਕੋਲ ਅਪਾਇੰਟਮੈਂਟ ਨਹੀਂ ਲਈ, ਤੁਸੀਂ ਬਗੈਰ ਸਾਨੂੰ ਦੱਸੇ ਪੁੱਛੇ ਆਏ ਹੋ, ਇਸ ਤਰ੍ਹਾਂ ਫਿਰ ਸਾਡੀ ਕੋਈ ਪਰਸਨਲ ਡਿਸਕਸ ਹੈ, ਤੁਸੀਂ ਆ ਕੇ ਵਿੱਚ ਇਨਵੋਲਵ ਹੋਏ ਹੋ, ਫਿਰ ਤੁਸੀਂ ਕਹਿ ਰਹੇ ਹੋ ਕਿ ਮੈਂ ਡਿਸਹਾਰਡ ਹੋ ਰਿਹਾ। ਅਫਸੋਸ ਹੈ, ਡਿਸਹਾਰਡ ਵੀ ਤੁਸੀਂ ਹੋ ਰਹੇ ਹੋ, ਡਿਸਟਰਬ ਵੀ ਸਾਨੂੰ ਤੁਸੀਂ ਖੁਦ ਕਰ ਰਹੇ ਹੋ। ਚਾਹ ਵੀ ਤੁਹਾਨੂੰ ਦਿੱਤੀ ਹੈ, ਚਾਹ ਵੀ ਤੁਹਾਨੂੰ ਜਿੰਨੀ ਕੁ ਤੁਹਾਡੇ ਨਸੀਬ ਸਾਡੀ ਖਰਾਬ ਕਰ ਦਿੱਤੀ ਤੁਸੀਂ। ਉਹ ਚਾਹ ਜਿੱਦਾਂ ਦੀ ਦਿੱਤੀ ਹੋਵੇ, ਕੜੀ ਤਰ੍ਹਾਂ ਤਰੀ ਆਈ ਹੈ ਉੱਤੇ, ਤੇ ਤੁਸੀਂ ਤਾਜ਼ਾ ਦਵੋ ਬਣਾ ਕੇ, ਚਾਹ ਕਦੋਂ ਦੀ ਪਈ ਹੋ ਮੈਨੂੰ ਜਾ ਚ ਪਕੌੜੇ ਪਾ ਲਿਆ, ਚਾਹ ਪਕੌੜਾ 3 ਮਹੀਨੇ ਗਰਮ ਲੈ ਕੇ ਉਹ ਚਾਹੇ ਗਰਮ ਮੰਗਵਾਈਏ, ਚਾਹੇ ਨਹੀਂ ਨਾਲ ਵੀ ਗਰਮ ਕੁਛ ਮੰਗਾਓ ਨਾ, ਇਕੱਲੀ ਚਾਹ ਨਾਲ ਸਰੀਆ ਗਰਮ ਕਰ ਲਿਆ। ਦੇਖੋ ਜੀ, ਹੁਣ ਸਟੂਡੈਂਟ ਹੋ ਕੇ ਤੇ ਵੱਧਦਾ ਜਾ ਰਿਹਾ, ਦੇਖੋ ਤੁਸੀਂ ਦਾਦਾ ਦੀ ਇੱਜ਼ਤ ਕਰੀਦੀ, ਇਹਤਰਾਮ ਕਰੀਦਾ, ਇੱਜ਼ਤ ਹੀ ਕਰ ਰਿਹਾ, ਕੰਮ ਐਵੇਂ ਨਹੀਂ ਹੁੰਦਾ, ਮੈਂ ਕਹਿੰਦਾ ਵੀ ਇਹ ਕੰਮ ਐਵੇਂ ਨਹੀਂ ਹੁੰਦਾ ਤੇ ਤੈਨੂੰ ਉਂਝ ਵੀ ਨਹੀਂ ਆਉਣਾ ਮੈਨੂੰ ਲੱਗ ਰਿਹਾ। ਦੇਖੋ ਤਰੀਕਾ, ਕੋਈ ਇੰਸਟਰੂਮੈਂਟ ਵਜਾ ਲੈਂਦੇ, ਕੋਈ ਸਾਜ਼ ਵਜਾ ਲੈਂਦੇ ਤੁਸੀਂ? ਹਾਂਜੀ, ਮੈਂ ਜਿਸ ਤਰ੍ਹਾਂ ਇਹ ਹਾਰਮੋਨੀਅਮ ਇਹ ਪਲੇ ਕਰ ਰਹੇ ਆ, ਹਾਂਜੀ ਤੇ ਕਰਨ ਇਹ ਕਿਸੇ ਦਾ ਬੂਹਾ ਬੜਾ ਅੱਛਾ ਵਜਾ ਲੈਂਦੇ, ਉਹ ਫਿਰ ਬਾਹਰ ਨਿਕਲ ਕੇ ਗਾਲਾਂ ਕੱਢਦੇ, ਕਿੰਨੇ ਖੜਖਾਇਆ ਬੂਹਾ ਸਾਡਾ। ਅੱਛਾ ਜੀ ਆਬਦ ਭਾਈ, ਮਤਲਬ ਕਲਾਮ ਤਾਂ ਸਾਰੇ ਬੜੇ ਖੂਬਸੂਰਤ ਨੇ, ਲੇਕਿਨ ਮੇਰੇ ਲਈ ਸ਼ੇਰ ਅਲੀ, ਮਤਲਬ ਜਿੱਥੇ ਵੀ ਜਾਣ ਉਹਨਾਂ ਨੂੰ ਇਸ ਕਲਾਮ ਦੀ ਜ਼ਰੂਰ ਫਰਮਾਇਸ਼ ਹੁੰਦੀ ਹੈ, ਅਤੇ ਅੱਜ ਅਸੀਂ ਵੀ ਕਰਾਂਗੇ, ਥੋੜ੍ਹਾ ਜਿਹਾ ਸਾਨੂੰ ਸੁਣਾ ਦਿਓ, ਅੱਜ ਆ ਸ਼ਾਮਾਂ ਪੈ ਗਈਆਂ। ਲਓ ਜੀ ਨਾਜ਼ਰੀਨ, ਇਹ ਕਲਾਮ ਸੁਣੋ ਅਤੇ ਇਹਦੇ ਨਾਲ ਹੀ ਇਨਸ਼ਾਅੱਲਾ ਤਾਲਾ ਅਗਲੀ ਵੀਡੀਓ ਨਾਲ ਫਿਰ ਮੁਲਾਕਾਤ ਹੋਏਗੀ ਜੀ। ਬਿਸਮਿਲ੍ਲਾ, ਵਾਹ ਬਣ ਰਹੀ ਹੈ, ਸੋਬਤ ਦਾ ਬੜਾ ਅਸਰ ਹੁੰਦਾ, ਬਹੁਤ ਅੱਛੇ, ਦੇਖੋ ਨਾ ਬਹੁਤ ਅੱਛੇ ਤੱਕ ਨੀ ਆਰਾਮ।
छेती छेती आवे मैनू तेरे वेखने दा चा सांवला वे मुड़ कर आशम पैगी आ जा शम बैगी ले आ जा शम बैगिया तोवनिया धोतिया तोवनिया धोतिया मैं पत्तण खलोती चले जाने कारानू मला ऐसे बेड़ी तू ही चढ़या शम वे आ जा शम बैग वे आ जा शम बैग आ जा मेरे अमाया वे आ जा मेरे अमाया वे जा शम बैग सारा दिन ले गया माही किथे बह गया रुक रुक आम दिन इस दिन वक्त नजा शम बैग वे आ जा शम बैग वे गुगे के नाल वे आ जा शम शाम बहुत अच्छे।